व्यूअर्स वेलकम बैक इन आवर प्रोग्राम एंड डॉक्टर साहब ਦਾ ਪਾਲਸਵਾਲ ਹੈ ਰਾਈਟਰ ਨਿਊਜ਼ ਏਜੰਸੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਨਰਿੰਦਰ ਮੋਦੀ ਨੇ 2002 ਵਿੱਚ ਗੁਜਰਾਤ ਵਿੱਚ ਮਰੇ ਮੁਸਲਮਾਨਾਂ ਸੰਬੰਧੀ ਟਿੱਪਣੀ ਕੀਤੀ ਹੈ ਜਦੋਂ ਕੋਈ ਕੁੱਤੇ ਦਾ ਬੱਚਾ ਵੀ ਤੁਹਾਡੀ ਕਾਰ ਥਲੇ ਆ ਕੇ ਮਰ ਜਾਂਦਾ ਹੈ ਤਾਂ ਦੁੱਖ ਤਾਂ ਹੁੰਦਾ ਹੀ ਹੈ ਐਂ ਡਾਕਟਰ ਸਾਹਿਬ ਦੇਖੋ ਅਸੀਂ ਇਹ ਗੱਲ ਬਾਰ-ਬਾਰ ਕਹਿ ਰਹੇ ਹਾਂ ਵੀ ਇਹ ਹਿਟਲਰ ਇਨ ਦਾ ਮੇਕਿੰਗ ਹੈ ਜੀ ਔਰ ਜਿਸ ਤਰ੍ਹਾਂ ਦਾ ਇਹ ਇੰਟਰਵਿਊ ਇਹਨੇ ਰਾਇਟਰ ਨਿਊਜ਼ ਏਜੰਸੀ ਨੂੰ ਦਿੱਤੇ ਜੀ ਇਸ ਵੇਲੇ ਭਾਰਤ ਦੀਆਂ ਦੂਸਰੀਆਂ ਵੀ ਸਿਆਸੀ ਪਾਰਟੀਆਂ ਕਾਂਗਰਸ ਹੋਏ ਕਮਿਨਿਸਟ ਹੋਣ ਅਕਾਲੀ ਤਾਂ ਚੁੱਪ ਨੇ ਕਿਉਂਕਿ ਉਹਨਾਂ ਦਾ ਤਾਂ ਡਾਰਲਿੰਗ ਹੈ ਨਰਿੰਦਰ ਮੋਦੀ ਜੀ ਉਹਨਾਂ ਨੇ ਇਸ ਤੇ ਬੜਾ ਸਟਰੋਂਗਲੀ ਰਿਐਕਟ ਕੀਤਾ ਕਿ ਉਹ ਕਿਲਦੇ ਇੰਟਰਵਿਊ ਦੇ ਵਿੱਚ ਉਹਨੂੰ ਪੁੱਛਿਆ ਗਿਆ ਕਿ ਵੀ ਗੁਜਰਾਤ ਚ 2002 ਚ ਹਜ਼ਾਰਾਂ ਮੁਸਲਮਾਨ ਮਾਰੇ ਗਏ ਤੁਸੀਂ ਉਹਦਾ ਦੁੱਖ ਮਹਿਸੂਸ ਕਰਦੇ ਹੋ ਜੀ ਤੇ ਉਹ ਗੋ ਨੇ ਇਹ ਜਵਾਬ ਦਿੱਤਾ ਕਿ ਜੀ ਭਾਵੇਂ ਕੋਈ ਡਰਾਈਵਰ ਸੀਟ ਤੇ ਨਾ ਵੀ ਬੈਠਾ ਹੋਵੇ ਜੀ ਪਰ ਜੇ ਕੋਈ ਕੁੱਤਾ ਜਿਹੜਾ ਹੈ ਕੁੱਤੇ ਦਾ ਬੱਚਾ ਟਾਇਰ ਦੇ ਥੱਲੇ ਆ ਕੇ ਮਰ ਜਾਏ ਜੀ ਤੇ ਦੁੱਖ ਤਾਂ ਹੋਏਗਾ ਹੀ ਜੀ ਜੀ ਸੋ ਮਤਲਬ ਜਦੋਂ ਹੁਣ ਤੁਸੀਂ ਇਸ ਲੈਵਲ ਤੇ ਸੋਚਦੇ ਹੋ ਤੇ ਅੰਦਾਜ਼ਾ ਲਾਓ ਕਿ ਜਦੋਂ ਇਹ ਜੇ ਪ੍ਰਧਾਨ ਮੰਤਰੀ ਬਣ ਗਏ ਜੀ ਤੇ ਫੇਰ ਮੁਸਲਮਾਨ ਸਿੱਖ ਇਸਾਈ ਧਰਤ ਇਹਨਾਂ ਲਈ ਕੁੱਤੇ ਦਾ ਮਰਨਾ ਤੇ ਇੱਕ ਇਨਸਾਨ ਦਾ ਮਰਨਾ ਜਿਹੜਾ ਘੱਟ ਗਿਣਤੀ ਦਾ ਹੈ ਉਹ ਇੱਕ ਬਰਾਬਰ ਹੈ ਜੀ ਜੀ ਸੋ ਅਸੀਂ ਇਹ ਸਮਝਦੇ ਹਾਂ ਔਰ ਜਦੋਂ ਹੁਣ ਇਹਦੇ ਤੇ ਇਤਰਾਜ਼ ਕੀਤਾ ਸਾਰਿਆਂ ਨੇ ਜੀ ਤੇ ਹੁਣ ਇਹਨੇ ਬਿਆਨ ਦਿੱਤਾ ਹੈ ਜੀ ਕਿ ਸਾਡੀ ਸੰਸਕ੍ਰਿਤੀ ਚ ਹਰ ਤਰ੍ਹਾਂ ਦੇ ਜੀਵ ਤੇ ਜੀਵਨ ਦੀ ਪੂਜਾ ਹੁੰਦੀ ਹੈ ਇਸ ਲਈ ਮੈਂ ਜੇ ਕੁੱਤਾ ਕਿਹਾ ਤਾਂ ਮੈਂ ਕੋਈ ਗਲਤ ਤਾਂ ਨਹੀਂ ਕਿਹਾ ਸਾਡੇ ਲਈ ਇਹ ਬਹੁਤ ਪਵਿੱਤਰ ਹੈ ਜੀ ਤੇ ਫਿਰ ਆਪਣੇ ਨਾਂ ਨਾਲ ਕੁੱਤਾ ਲਾ ਲਾ ਤਾਂ ਜੀਵ ਤਾਂ ਜੀਵ ਤੁਹਾਡੀ ਬੜੀ ਪੂਜਾ ਹੈ ਜਿੰਨੇ ਤੁਸੀਂ ਆਰਐਸਐਸ ਦੇ ਉਹ ਆਪਣਾ ਸਰਨੇਮ ਕੁੱਤਾ ਰੱਖੋ ਸਰ ਜੀ ਫਿਰ ਤਾਂ ਸਮਝ ਆਏਗੀ ਵੀ ਕੁੱਤਾ ਤੁਹਾਡਾ ਪਿਓ ਹੈ ਕੁੱਤੇ ਨੂੰ ਤੁਸੀਂ ਬਹੁਤ ਰਿਸਪੈਕਟ ਦਿੰਦੇ ਹੋ ਜੀ ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜਾ ਜਿਸ ਕਿਸਮ ਦਾ ਇਹ ਪੁੱਤਰਿਆ ਹੋਇਆ ਬੰਦਾ ਹੈ ਔਰ ਜਿਸ ਕਿਸਮ ਦਾ ਇਹ ਹਿੰਦੂਤਵਾ ਦਾ ਇਹ ਸਾਰਾ ਇਹਨਾਂ ਨੇ ਕੀਤਾ ਹੋਇਆ ਕੰਮ ਜੀ ਇਹ ਸਾਡੀਆਂ ਘਟ ਗਣਤੀਆਂ ਸਮਝ ਨਹੀਂ ਰਹੀਆਂ ਸਾਨੂੰ ਇੱਕ ਸਾਂਝਾ ਮੁਹਾਜ਼ ਬਣਾਉਣ ਦੀ ਲੋੜ ਹੈ ਸਾਰਿਆਂ ਨੂੰ ਇੱਕ ਝੰਡੇ ਥੱਲੇ ਆਣ ਦੀ ਲੋੜ ਹੈ ਨਹੀਂ ਤਾਂ ਜੋ ਜ਼ੁਲਮ ਨਾਜ਼ੀਆਂ ਨੇ ਯਹੂਦੀਆਂ ਜਿਪਸੀਆਂ ਦੂਜਿਆਂ ਤੇ ਕੀਤੇ ਉਹਨਾਂ ਨੂੰ ਭੁੱਲ ਜਾਣਗੇ ਇਤਿਹਾਸ ਵਾਲੇ ਇੰਨੇ ਜ਼ੁਲਮੇ ਕਰਨੇ ਜੀ ਜੀ ਸਾਡਾ ਅਗਲਾ ਸਵਾਲ ਹੈ ਕਾਂਗਰਸੀ ਆਗੂ ਦਿਗ ਵਿਜੇ ਸਿੰਘ ਨੇ ਕਿਹਾ ਹੈ ਕਿ ਆਗਾਮੀ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਦਾ ਉਮੀਦਵਾਰ ਨਹੀਂ ਐਲਾਨੇਗੀ। ਹਾਂ ਡਾਕਟਰ ਸਾਹਿਬ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ ਅੱਜ ਕੱਲ ਉਹ ਦੌੜ ਲੱਗੀ ਹੋਈ ਹੈ ਆਰਐਸਐਸ ਦਾ ਇਹ ਨਰਿੰਦਰ ਮੋਦੀ ਦੇ ਬਾਰੇ ਵੀ ਉਹਨੇ ਕਿਹਾ ਜਿਹੜਾ ਰਾਜਨਾਥ ਸਿੰਘ ਐ ਨਹੀਂ ਜੀ ਨਹੀਂ ਅਜੇ ਅਸੀਂ ਤਾਂ ਬਾਅਦ ਚ ਡਿਸਾਈਡ ਕਰਾਂਗੇ। ਜੀ। ਸੋ ਦੇਖਣਗੇ ਕਿ ਭਈ ਕਿਉਂਕਿ ਰਾਹੁਲ ਗਾਂਧੀ ਕਿਹੜਾ ਕੋਈ ਵਿਨਸਟਨ ਚਰਚਿਲ ਹੈ ਜਿਹਦਾ ਕੋ ਨਾਂ ਹੈ ਉਹਦਾ ਕੋਈ ਹੋਂਦ ਵੀ ਨਹੀਂ ਹੈ। ਜੀ। ਸੋ ਸਾਰੇ ਆਪਣੇ ਪਰਜੇ ਤੋਲ ਰਹੇ ਨੇ ਸੋ ਦਿਗਵਜੇ ਸਿੰਘ ਨੇ ਵੀ ਇਹ ਬਿਆਨ ਅਹੀ ਦਿੱਤਾ ਹੈ ਕਿ ਜੀ ਸਾਡੀ ਡੈਮੋਕ੍ਰੇਸੀ ਹੈ। ਅਸੀਂ ਤਾਂ ਕਦੇ ਮੁੱਖ ਮੰਤਰੀ ਵੀ ਨਹੀਂ ਐਲਾਨਿਆ ਕੌਣ ਹੋਵੇਗਾ ਜਦੋਂ ਬਣ ਜਾਂਦੇ ਨੇ ਐਮਐਲਏ ਡਿਸਾਈਡ ਕਰਦੇ ਨੇ ਇਹ ਨਹੀਂ ਪਤਾ ਹੈ ਵੀ ਐਮਐਲਏਾਂ ਦੇ ਸਿਰ ਤੇ ਦਿੱਲੀੋਂ ਹੀ ਕੋਹੋਂ ਦਾ ਉਹ ਲਫਾਫੇ ਚੋਂ ਨਾਂ ਨਿਕਲਦਾ ਵੀ ਕਿਹਨੂੰ ਉਹਨਾਂ ਨੇ ਲੀਡਰ ਬਣਾਣਾ ਹੈ ਜੀ ਸੋ ਆਲਟੀਮੇਟਲੀ ਬੀਬੀ ਜਿਹੜੀ ਵੇਟਰੈਸ ਰਹੀ ਹੈ ਸੋਨੀਆ ਗਾਂਧੀ ਜੀ ਉਹੀ ਡਿਸਾਈਡਿੰਗ ਫੈਕਟਰ ਹੋਣੀ ਹੈ ਕਾਂਗਰਸ ਚ ਵੀ ਕਿਹਨੂੰ ਬਣਾਣਾ ਹੈ ਤੇ ਜੇ ਹੁਣ ਆਪਣੇ ਮੁੰਡੇ ਨੂੰ ਕਾਂਗਰਸ ਦਾ ਬਣਾਉਣ ਲੱਗਿਆ ਉਹ ਅੱਖਾਂ ਚੋਂ ਅਥਰੂ ਉਹਨੇ ਲਿਆਂਦੇ ਕਿ ਜੀ ਮੈਂ ਤੁਹਾਨੂੰ ਬਹੁਤ ਮੁਸੀਬਤ ਚ ਪਾ ਰਹੀ ਹਾਂ ਤੇ ਮੁਸੀਬਤ ਚ ਪਾ ਰਹੀ ਹਾਂ ਫਿਰ ਪ੍ਰਧਾਨ ਮੰਤਰੀ ਦੀ ਕੁਰਸੀ ਸੇਫ ਹੈ ਤੇ ਸਿਕਿਉਰਿਟੀ ਤਾਂ ਮਿਲਦੀ ਹੈ ਘੱਟੋ ਘੱਟ ਜੀ ਜੀ ਡਾਕਟਰ ਸਾਹਿਬ ਸਾਡਾ ਅਗਲਾ ਸਵਾਲ ਹੈ ਪੰਜਾਬ ਸਰਕਾਰ ਵੱਲੋਂ ਜਾਂਚ ਲਈ ਨਿਯੁਕਤ ਕੀਤੇ ਜਿੰਦਲ ਕਮਿਸ਼ਨ ਕੋਲ ਕੋਈ ਸ਼ਿਕਾਇਤ ਨਹੀਂ ਪੁੱਜੀ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜਿਹੜਾ ਵਿਸਲ ਬਲੋਅਰ ਸੀ ਕਾਨ ਸਿੰਘ ਪੰਨੂ ਉਹਨੂੰ ਪਾਸੇ ਕਰਤਾ ਲੌਂਗ ਲੀਵ ਤੇ ਚਲਾ ਗਿਆ ਜੀ ਤੇ ਦੂਸਰਾ ਪੱਖ ਜਿਹੜਾ ਜੰਡਰਲ ਕਮਿਸ਼ਨ ਪੰਜਾਬ ਸਰਕਾਰ ਨੇ ਬਣਾਇਆ ਪਹਿਲਾਂ ਦਿੱਲੀ ਦਾ ਜਿਹੜੀ ਹਿਊਮਨ ਰਿਸੋਰਸ ਐਂਡ ਡਿਵੈਲਪਮੈਂਟ ਮਿਨਿਸਟਰੀ ਹੈ ਉਹਨਾਂ ਨੇ ਚਾਰ ਬੰਦੇ ਭੇਜੇ ਉਹਨਾਂ ਦੀ ਵੀ ਮੈਂ ਕਿਹਾ ਇਨਵੈਸਟੀਗੇਸ਼ਨਾਂ ਨੇ ਹੋਣ ਨਹੀਂ ਦਿੱਤੀ ਪੰਜਾਬ ਸਰਕਾਰ ਨੇ ਕਿਹਾ ਜੀ ਅਸੀਂ ਆਪ ਕਰਾਵਾਂਗੇ ਜੀ ਜਸਟਿਸ ਜੰਡਰਲ ਨੂੰ ਅਪਾਇੰਟ ਕੀਤਾ ਚਾਰ ਵਾਰ ਅਖਬਾਰਾਂ 'ਚ ਇਸ਼ਤਿਹਾਰ ਦਿੱਤੇ ਕੋਈ ਨਹੀਂ ਆਇਆ ਹੁਣ ਉਹਨਾਂ ਨੇ ਕਿਹਾ ਜੀ ਅਸੀਂ ਜਨਤਕ ਨੋਟਿਸ ਦਿੱਤਾ ਹੈ 15 ਜੁਲਾਈ ਤੱਕ ਜੇ ਕੋਈ ਹਲਫੀਆ ਬਿਆਨ ਨੋਟਿਸ ਆਏਗਾ ਤੇ ਇਸ ਗੱਲ ਨੂੰ ਅੱਗੇ ਤੋਰਾਂਗੇ ਇਹ ਸਕੈਂਡਲ ਸੀ ਜਿਹਦੇ ਸਿੱਖਿਆ ਵਿਭਾਗ ਦੀਆਂ ਸਾਇੰਸ ਕਿੱਟਾਂ ਮੈਪ ਮਾਸਟਰਾਂ ਦੀ ਖਰੀਦ ਸਰਪ੍ਰਾਈਸ ਸਿਕੰਦਰ ਸਿੰਘ ਮਲੂਕਾ ਜੀ ਜਿਹੜਾ ਖਾ ਗਿਆ ਮਿਲੀਅਨਸ ਆਫ ਰੁਪੀਜ਼ ਉਹਦੇ ਸਾਰੇ ਚੋਂ ਜੀ ਜੀ ਤੇ ਕਿਉਂਕਿ ਇਸ ਮਹਿਕਮੇ ਚੀ ਖਾਨ ਸਿੰਘ ਪੰਨੂ ਸੀ ਡਾਇਰੈਕਟਰ ਜੀ ਸੋ ਉਹਨੇ ਉਹ ਗੱਲ ਬਾਹਰ ਕੱਢੀ ਸੀ ਸੋ ਇਧਰੋਂ ਉਹਦੀ ਪਹਿਲਾਂ ਖੰਭ ਠਪਾ ਕੇ ਉਹਦਾ ਦਿਮਾਗ ਸਾਫ਼ ਕਰਤਾ ਜੀ ਉਹਨੂੰ ਲੌਂਗ ਲੀਵ ਤੇ ਭੇਜ ਦਿੱਤਾ ਹੈ ਇਧਰ ਜਨਰਲ ਦੇ ਸਾਹਮਣੇ ਬਾਦਲਾਂ ਦੇ ਖਿਲਾਫ ਕਿਨੇ ਐਫੀਡੇਵਿਟ ਆ ਕੇ ਦੇਣਾ ਹੈ ਜੀ ਜੀ ਸੋ ਇਹਨੂੰ ਬੰਦ ਕਰ ਦੇਣਗੇ ਕਿ ਜੀ ਉਹਦੀ ਕੋਈ ਆਇਆ ਨਹੀਂ ਜੀ ਸ਼ਿਕਾਇਤ ਬਿਲਕੁਲ ਕਲੀਅਰ ਚਿੱਟ ਹੈ ਜੀ ਸਿਕੰਦਰ ਮਲੂਕਾ ਤਾਂ ਯੁਦਿਸ਼ਠਰ ਦੇ ਖਾਨਦਾਨ ਚੋਂ ਹੈ ਬਹੁਤ ਇਮਾਨਦਾਰ ਆਦਮੀ ਹੈ ਆ ਰਿਪੋਰਟਾਂ ਹੋਣ ਜਾਂ ਮੀਡੀਆ ਤੇ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਸਵਾਲਾਂ ਦੇ ਜਵਾਬ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਤੇ ਹੁਣ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨੂੰ ਦੱਸਾਂ ਦਿਖੋ ਅੱਜ ਦਾ ਵਿਚਾਰ ਥੋੜਾ ਜਿਹਾ ਲੰਬਾ ਹੈ ਜੀ ਪਰ ਇਹਦੇ ਚ ਬਹੁਤ ਕੁਝ ਗਿਆ ਔਰ ਜਨਾਨ ਨੂੰ ਮੈਂ ਬੜੇ ਸਨਮਾਨਯੋਗ ਸਮਝਦਾ ਹਾਂ ਸਾਡੀ ਸਿਕ ਕੌਮ ਸਰ ਕਪੂਰ ਸਿੰਘ ਵੱਡੇ ਫਿਲਾਸਫਰ ਨੇ ਜੀ ਉਹਨਾਂ ਦਾ ਇਹ ਬੜਾ ਫੇਵਰਿਟ ਸ਼ਬਦ ਸੀ ਉਹਦੀ ਉਹ ਅੰਗਰੇਜ਼ੀ ਇੰਟਰਪ੍ਰੀਟੇਸ਼ਨ ਵੀ ਕਰਦੇ ਸੀ ਜੀ ਕਈ ਵਾਰ ਪਰਸਨਲ ਗੱਲਬਾਤਸ ਵੀ ਇਹਨੂੰ ਉਹ ਬਹੁਤ ਕੋਟ ਕਰਦੇ ਸੀ ਜੀ ਤੇ ਇਹਦੇ ਚ ਦੁਨਿਆਵੀ ਅਸੀਂ ਕਿਵੇਂ ਗੁਨਾ ਤੋਂ ਸਖੜੇ ਜਿਹੜੇ ਅਸੀਂ ਲੋਕ ਐ ਅਸੀਂ ਫੋਕੇ ਹੰਕਾਰ ਦੇ ਵਿੱਚ ਟਾਰਾ ਮਾਰਦੇ ਐ ਜੀ ਤੇ ਅਸਲ ਕੀ ਐ ਗੁਰੂ ਨਾਨਕ ਸਾਹਿਬ ਦਾ ਇਹ ਸ਼ਲੋਕ ਐ 12 ਤੋਂ ਵਧੇਕ ਜੀ ਮਨੋ ਜੇ ਅੰਦੇ ਘੂਪ ਕਿਹਾ ਬਿਰਦ ਨਾ ਜਾਣਣੀ ਮਨ ਅੰਧ ਉੰਧੇ ਕਵਲ ਦਿਸਨ ਖਰੇ ਕਰੂਪ ਇਕ ਕਹਿ ਜਾਣਣ ਕਿਹਾ ਬੁੱਝਣ ਤੇ ਨਰ ਸੁਗੜ ਸਰੂਪ ਇਕ ਨਾ ਨਾਦ ਨਾ ਬੇਦ ਨਾ ਗਿਹ ਰਸ ਰਸ ਕਸ ਨਾ ਜਾਣੰਤ ਇਕ ਨਾ ਸਿੱਧ ਨਾ ਬੁੱਧ ਨਾ ਅਕਲ ਸਰ ਅੱਖਰ ਕਾ ਭਿਉ ਨਾ ਲਹੰਤ ਨਾਨਕ ਤੇ ਨਰ ਅਸਲ ਖਰ ਜੇ ਬਿਣ ਗੁਣ ਗਰਭ ਕਰਨਤ ਜੀ ਹੁਣ ਇਹ ਸਾਰੇ ਚ ਪਹਿਲਾਂ ਤਾਂ ਗੁਰੂ ਨਾਨਕ ਸਾਹਿਬ ਨੇ ਬਿਆਨੇ ਕਿ ਕਿਹੜਾ ਮਨੁੱਖ ਹੈ ਜਿਹੜਾ ਅਗਲੀ ਹੈ ਬਦਸੂਰਤ ਹੈ ਜੀ ਸ਼ਕਲ ਕਰਕੇ ਨਹੀਂ ਉਹ ਤਾਂ ਰੱਬ ਦੇ ਦਿੱਤੇ ਫੀਚਰ ਹੁੰਦੇ ਨੇ ਉਸ ਦੇ ਮੈਂਟਲ ਲੈਵਲ ਕਰਕੇ ਜੀ ਮਨੋ ਜੇ ਅੰਦੇ ਖੂਪ ਜਿਹੜੇ ਅੰਦਰੋਂ ਡੂੰਘੇ ਅੰਨੇ ਨੇ ਉਹਨਾਂ ਨੂੰ ਕੁਝ ਨਹੀਂ ਆਂਦਾ ਹੈ ਅਸੀਂ ਹਨੇਰਾ ਹੁੰਦਾ ਇਹ ਗੁੰਦਾ ਡੂੰਗਾ ਹਨੇਰਾ ਜੀ ਜਿਹੜੇ ਜਿਨ੍ਹਾਂ ਦੇ ਅੰਦਰ ਬਿਲਕੁਲ ਹਨੇਰੇ ਨੇ ਚਾਨਣ ਤੋਂ ਸਖਣੇ ਨੇ ਮਨੋ ਜੰਦੇ ਕੂਪ ਕਿਹਾ ਬਿਰਦ ਨਾ ਜਾਣਣੀ ਤੇ ਇਹ ਜਿਹੜੇ ਅੰਨੇ ਨੇ ਅੰਦਰੋਂ ਇਹ ਕਹਿੰਦੇ ਨੇ ਕੋਈ ਗੱਲ ਜੀ ਪਰ ਉਸ ਤੇ ਖਲੋਂਦੇ ਨਹੀਂ ਜੀ ਜੀ ਕਿਹਾ ਬਿਰਦ ਨਾ ਜਾਣਣੀ ਇਹ ਆਪਣੇ ਬਚਨ ਨੂੰ ਪਾਲਦੇ ਨਹੀਂ ਜੀ ਔਰ ਦੂਜੇ ਪਾਸੇ ਹੈ ਸੂਰਬੀਰ ਬਚਨ ਕੇ ਬਲੀ ਕੇ ਸੂਰ ਵੀ ਰੋ ਹੈ ਸਿੱਖੀ ਦੀ ਡੈਫੀਨੇਸ਼ਨ ਜਿਹੜਾ ਉਹ ਕਹਿੰਦਾ ਉਹਦੇ ਤੇ ਖਲੋਂਦਾ ਜੀ ਸੋ ਇਹ ਉਹ ਨੇ ਕਹਿੰਦੇ ਨੇ ਪਰ ਉਸ ਤੇ ਖਲੋਂਦੇ ਨਹੀਂ ਮਨ ਅੰਧੇ ਮਨ ਉਹ ਅੰਨਹੀਂ ਅੰਨਹੀਂ ਰਹਿੰਦੇ ਨੇ ਉਹ ਦੇਹ ਕੰਵਲ ਇੱਕ ਸਪਿਰਚੁਅਲ ਈਡੀਅਮ ਹੈ ਕਿ ਜਿਹੜੇ ਰੱਬ ਨਾਲ ਜੁੜੇ ਹੁੰਦੇ ਨੇ ਸਪਿਰਚੁਅਲੀ ਅਪ ਹੁੰਦੇ ਨੇ ਉਹਨਾਂ ਦਾ ਕੰਵਲ ਜਿਹੜਾ ਲੋਟਸ ਹੈ ਦਿਲ ਦਾ ਉਹ ਖਿੜਦਾ ਹੈ ਤੇ ਜਿਹੜੇ ਬਿਲਕੁਲ ਅੰਨੇ ਹੁੰਦੇ ਨੇ ਰੱਬ ਨਾਲੋਂ ਟੁੱਟੇ ਹੁੰਦੇ ਨੇ ਉਹ ਪੁੱਠਾ ਹੋ ਜਾਂਦਾ ਉਹਦਾ ਜੀ ਮਨ ਅੰਧਾ ਉਹਦਾ ਖਵਲ ਕਮਲ ਦਸਨ ਖਰੇਕ ਰੂਪ ਇਹ ਜਿਹੜੇ ਮਨ ਦੇ ਅੰਨੇ ਨੇ ਆਪਣੇ ਬਚਨ ਨੂੰ ਪਾਲਦੇ ਨਹੀਂ ਇਹ ਜਿੱਥੇ ਖੜੇ ਹੁੰਦੇ ਨੇ ਬਦਸੂਰਤ ਨਜ਼ਰ ਆਉਂਦੇ ਨੇ ਜੀ ਹੁਣ ਖੂਬਸੂਰਤੀ ਦੀ ਡੈਫੀਨੇਸ਼ਨ ਹੈ ਇੱਕ ਕਹਿ ਜਾਣਣ ਇਹ ਕੋਣ ਹੈ ਜਿਨ੍ਹਾਂ ਨੂੰ ਤਹਿਜ਼ੀਬ ਹੈ ਕਿ ਗੱਲ ਕਹਿਣੀ ਕਿਵੇਂ ਜੀ ਇੱਕ ਕਹਿ ਜਾਣਣ ਕਿਹਾ ਬੁੱਝਣ ਜੇ ਕਿਸੇ ਨੇ ਕਿਹਾ ਤੋਂ ਉਹਨਾਂ ਨੂੰ ਪਤਾ ਹੈ ਕਿ ਵੀ ਉਹਨੂੰ ਸੁਣਨਾ ਕਿਵੇਂ ਜੀ ਜੀ ਇੱਕ ਕਹਿ ਜਾਣਣ ਕਿਹਾ ਬੁੱਝਣ ਤੇ ਨਰ ਸੁਗੜ ਸਰੂਪ ਉਹ ਜਿਹੜੇ ਇਨਸਾਨ ਨੇ ਉਹ ਸਿਆਣੇ ਨੇ ਤੇ ਸੋਹਣੇ ਨੇ ਜੀ ਜੀ ਉਹਨੂੰ ਇਸੇ ਨੂੰ ਹੀ ਆਈਡੀਆ ਨੂੰ ਗੁਰੂ ਸਾਹਿਬ ਨੇ ਅੱਗੇ ਐਕਸਪੈਂਡ ਕੀਤਾ ਇੱਕ ਨਾ ਨਾਦ ਨਾ ਬੇਦ ਨਾ ਗੀਹ ਰਸ ਰਸ ਕਸ ਨਾ ਜਾਣੰਤ ਇਕੋ ਲੋਕ ਨੇ ਜਿਨ੍ਹਾਂ ਦੇ ਕੋਲ ਨਾਦ ਕਹਿੰਦੇ ਨੇ ਸ਼ਬਦ ਜੀ ਮਿਊਜ਼ਿਕ ਜੀ ਕਿ ਉਸ ਦਾ ਗੁਣ ਨਹੀਂ ਹੈ ਵੇਦ ਕਹਿੰਦੇ ਨੇ ਲਰਨਿੰਗ ਨੂੰ ਸਪਿਰਚੁਅਲ ਨੋਲਜ ਉਹ ਵੀ ਨਹੀਂ ਹੈ ਜੀ ਗੀਹ ਰਸ ਕਹਿੰਦੇ ਨੇ ਕਿ ਐਪਰੀਸ਼ੀਏਟਿੰਗ ਦਾ Song ਗੀਤ ਜੀ ਵੀ ਨਾ ਉਹਨਾਂ ਕੋਲ ਕੋਈ 뮤직 ਦਾ ਟੈਲੈਂਟ ਹੈ ਨਾ ਉਹਨਾਂ ਕੋਲ ਕੋਈ ਲਰਨਿੰਗ ਹੈ ਸਪਿਰਚੁਅਲ ਨਾ ਉਹਨਾਂ ਕੋਲ ਕੋਈ ਸੌਂਗ ਜਾਂ ਪੋਇਟਰੀ ਜਾਂ ਕੋਈ ਇਹ ਰਸ ਕਸ ਨਾ ਜਾਣ ਕਸ ਕੋੜੇ ਨੂੰ ਕਹਿੰਦੇ ਨੇ ਕਿ ਉਹਨਾਂ ਦੇ ਕੋਲ ਜ਼ਬਾਨ ਚ ਦਾ ਵੀ ਦੇ ਮਿੱਠੇ ਤੇ ਕੋੜੇ ਦਾ ਉਹ ਫਰਕ ਵੀ ਨਹੀਂ ਜਾਣਦੇ ਜਿਹਨੂੰ ਕਹਿੰਦੇ ਨੇ ਗੁੱਡ ਤੇ ਈਵਲ ਚੋ ਫਰਕ ਨਹੀਂ ਕਰ ਸਕਦੇ ਜੀ ਰਸਕਸ ਨਾ ਜਾਣੰਤ ਇਕਨਾ ਸਿੱਧ ਨਾ ਬੁੱਧ ਨਾ ਅਕਲ ਸਰ ਨਾ ਉਹਨਾਂ ਚ ਸਿੱਧੀ ਹੈ ਕਿ ਕੋਈ ਸਪਿਰਚੁਅਲ ਵੀ ਉਹਨਾਂ ਚ ਕੁਝ ਨਹੀਂ ਹੈ ਬੁੱਧ ਅਕਲ ਵੀ ਨਹੀਂ ਹੈ ਜੀ ਤੇ ਅਕਲ ਸਰ ਅੱਗੋ ਅੰਡਰਸਟੈਂਡਿੰਗ ਵੀ ਨਹੀਂ ਹੈ ਜੀ ਸੇ ਅੱਖਰ ਕਾ ਭੋ ਨ ਲਹੰਤ ਉਹਨਾਂ ਨੂੰ ਜਿਹੜਾ ਸ਼ਬਦ ਹੈ ਉਸ ਦੇ ਗੁੱਝੇ ਭੇਦਾਂ ਦਾ ਤੇ ਕੀ ਪਤਾ ਹੋਣਾ ਹੈ ਤੇ ਫਿਰ ਗੁਰੂ ਸਾਹਿਬ ਫਰਮਾਉਂਦੇ ਨੇ ਨਾਨਕ ਤੇ ਨਰ ਅਸਲ ਖਰ ਅਸਲੀ ਖੋਤੇ ਨੇ ਖਰ ਖੋਤੇ ਨੂੰ ਕਹਿੰਦੇ ਨੇ ਜੀ ਅਸਲੀ ਖੋਤੇ ਉਹ ਨੇ ਕਿ ਜਿਨ੍ਹਾਂ ਕੋਲ ਨਾ ਨਾਦ ਹੈ ਨਾ ਵੇਦ ਹੈ ਦਿਲ ਉਹਨਾਂ ਦੇ ਪੁੱਠੇ ਨੇ ਕਹਿ ਤੇ ਖਲੂੰਦੇ ਨਹੀਂ ਕੋਈ ਉਹਨਾਂ ਕੋਲ ਟੈਲੈਂਟ ਨਹੀਂ ਹੈ ਕੋਈ ਐਜੂਕੇਸ਼ਨ ਨਹੀਂ ਹੈ ਨਾਨਕ ਤੇ ਨਰ ਅਸਲ ਖਰ ਗੁਰੂ ਸਾਹਿਬ ਕਹਿੰਦੇ ਨੇ ਅਸਲੀ ਖੋਤੇ ਨੇ ਜੇ ਵਿਣ ਗੁਣ ਗਰਭ ਕਰੰਤ ਪੱਲੇ ਕੁਛ ਨਹੀਂ ਹੈ ਪਰ ਇਸ ਤੋਂ ਬਿਨਾ ਵੀ ਹੰਕਾਰ ਦੇ ਵਿੱਚ ਆਫਰੇ ਫਿਰਦੇ ਨੇ ਬਿਨ ਗੁਣ ਬਿਨਾ ਗੁਣਾ ਤੋਂ ਗਰਭ ਕਰਦੇ ਨੇ ਜਿਹੜਾ ਹੰਕਾਰ ਦੇ ਵਿੱਚ ਤੁਰੇ ਫਿਰਦੇ ਨੇ ਔਰ ਇਹ ਮੈਂ ਸਮਝਦਾ ਵੀ ਇਹ ਬੜੀ ਪ੍ਰਫਾਉਂਡ ਜਦੋਂ ਤੁਸੀਂ ਸੁਗੜ ਸਰੂਪ ਕੀ ਹੈ ਜੀ ਔਰ ਖਰੇਕ ਰੂਪ ਕੀ ਹੈ ਸੋਣਾ ਕੌਣ ਹੈ ਤੇ ਅਗਲੀ ਕੌਣ ਹੈ ਇਹਨਾਂ ਦੋਨਾਂ ਨੂੰ ਜੇ ਤੁਸੀਂ ਮਿਲਣਾ ਹੈ ਜਾਂ ਮਾਪਣਾ ਤੇ ਫਿਰ ਇਸ ਤੋਂ ਵਧੀਆ ਕੋਈ ਡੈਫੀਨੇਸ਼ਨ ਜਿਹੜੀ ਹੈ ਔਰ ਮੈਨੂੰ ਨਹੀਂ ਮਿਲੀ ਹੈ ਕਿਤੇ ਔਰ ਮੇਰਾ ਵੀ ਇਹ ਫੇਵਰਿਟ ਸ਼ਬਦ ਹੈ ਕਿ ਭਾਈ ਅਸੀਂ ਉਹ ਖੋਤੇ ਨਾ ਬਣੀਏ ਜਿਹੜੀ ਗੁਰੂ ਸਾਹਿਬ ਨੇ ਡਿਫਾਈਨ ਕੀਤਾ ਹੈ ਵੀ ਉਹਨਾਂ ਗੁਣਾ ਤੋਂ ਸਖੜੇ ਹੋਈਏ ਔਰ ਹੰਕਾਰ ਚ ਆਫਰੇ ਫਿਰੀਏ ਇਹਦਾ ਜਵਾਬ ਜਦੋਂ ਅਸੀਂ ਸੁਖਮਣੀ ਸਾਹਿਬ ਚ ਪੜਦੇ ਹਾਂ ਆਪਸ ਕੋ ਜੋ ਜਾਣਾ ਹੈ ਨੀਚਾ ਸਉ ਗਨੀਏ ਸਭ ਤੋਂ ਉੱਚ ਜਿਹਦੇ ਚ ਸਾਰੇ ਗੁਣ ਹੋਣਗੇ ਉਹ ਆਫਰਿਆ ਨਹੀਂ ਫਰੇਗਾ ਹੰਕਾਰ ਦੇ ਨਾਲ ਉਹਦੇ ਚ ਨਿਮਰਤਾ ਹੋਏਗੀ ਉਹਦੇ ਚ ਹਿਊਮਿਲਟੀ ਹੋਏਗੀ ਉਹ ਇਵੇਂ ਹੀ ਹੋਏਗਾ ਕਿ ਨਿਵਣ ਸੋ ਅੱਖਰ ਖਾਵਣ ਗੁਣ ਜਿਵੇਂ ਮਣੀਆਂ ਮੰਤ ਇਹ ਤ੍ਰੇ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ ਜੀ ਕਿ ਉਸ ਦੇ ਵਿੱਚ ਇਹ ਗੁਣ ਹੋਣਗੇ ਤੇ ਵਾਹਿਗੁਰੂ ਜਿਹੜਾ ਉਸ ਦੇ ਨਾਲ ਹੋਏਗਾ ਇਹ ਅੱਜ ਦਾ ਵਿਚਾਰ ਹੈ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਦਰਸ਼ਕਾਂ ਨਾਲ ਇੰਨਾ ਸੋਹਣਾ ਅੱਜ ਦਾ ਵਿਚਾਰ ਸਾਂਝਾ ਕੀਤਾ ਤੇ ਹੁਣ ਇੱਥੇ ਆਪਣੇ ਵੀਅਰਸ ਨੂੰ ਲੈਨੇ ਆ ਇਜਾਜ਼ਤ ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ رائے ਤੇ ਸੁਝਾਅ ਭੇਜੇ ਤੇ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਐਸਪੈਕਟ ਤੇ ਐਸਓਐਸ ਐਚਟੀਵੀ 84 ਟਾਰ ਟੀਵੀ ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਲਈ ਸਾਨੂੰ ਆਗਿਆ ਦਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ